ਭਾਰਤ ਵਿੱਚ ਵੱਧਦੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਹਰ ਪਾਸੇ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਲੋਕਾਂ ਦਾ ਇਕੱਠ ਵਿਖਾਈ ਦੇ ਰਿਹਾ ਹੈ, ਜਿਸ ਦੇ ਚਲਦਿਆਂ ਵਿਦੇਸ਼ਾਂ ਵਿੱਚ ਵੀ ਹੁਣ ਕਿਸਾਨਾਂ ਦੀ ਹਿਮਾਇਤ ਵਿੱਚ ਆਵਾਜ਼ ਉੱਠਦੀ ਨਜ਼ਰ ਆ ਰਹੀ ਹੈ। ਬੀਤੇ ਦਿਨੀ ਕੈਨੇਡਾ ਦੇ ਸਰੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠ ਕਰਕੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨੀ ਨਾਲ ਸੰਬੰਧਿਤ ਬਿੱਲਾਂ ਦਾ ਸਖਤ ਵਿਰੋਧ ਕੀਤਾ ਹੈ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਆਰਡੀਐਸ ਭਾਰਤੀ ਸਟੇਟ ਵੱਲੋਂ ਜਿਹੜੇ ਤਿੰਨ ਉਹਨਾਂ ਨੂੰ ਕਿਸਾਨ ਵਿਰੋਧੀ ਕਿਹਾ ਜਾਂਦਾ ਉਹ ਕੀਤੇ ਗਏ ਆ। ਉਹਨਾਂ ਦੇ ਵਿਰੋਧ ਦੇ ਵਿੱਚ ਪੰਜਾਬ ਭਰ ਦੇ ਵਿੱਚ ਵੀ ਮੰਨ ਲਓ ਹੈਗਾ ਹੀ ਆ, ਪਰ ਸੰਸਾਰ ਪੱਧਰ 'ਤੇ ਰਹਿੰਦੇ ਜਿਹੜੇ ਸਮੂਹ ਪੰਜਾਬੀਆਂ ਨੂੰ ਵੱਖ ਵੱਖ ਤਰ੍ਹਾਂ ਦੀ ਮੰਨ ਲਓ ਹਾਰਾ ਨਾਰਾ ਮਾਰਨ ਲਈ ਰੱਖਣ ਲਈ ਜਾਂ ਅਪੀਲ ਉਹਨਾਂ ਦੇ ਨਾਲ ਖੜਨ ਦੇ ਲਈ ਇਹ ਪ੍ਰਦਰਸ਼ਨ ਕੀਤੇ ਗਏ ਅਤੇ ਸਿੱਖ ਪੰਥ ਨੂੰ ਅਤੇ ਸਰੀ ਸ਼ਹਿਰ ਦੇ ਵਿੱਚ ਛੋਟਾ ਜਿਹਾ ਇਸ ਘੱਟ ਕੀਤਾ ਗਿਆ ਅਤੇ ਲੱਗਦਾ ਜ਼ਰੂਰੀ ਵੀ ਸੀਗਾ। ਪੰਜਾਬ ਆਖਰੀ ਸਾਹਾਂ 'ਤੇ ਆ ਹੁਣ, ਫਾਈਨਲ ਅਸਾਲ ਤਾਂ ਆਖਰੀ ਹੱਲਾ ਉਹਨਾਂ ਦਾ, ਦੁਸ਼ਮਣ ਬਾਤ ਕਰੇ ਹੋਣੀ ਸਦਾ ਹੀ ਇਸ ਤਰ੍ਹਾਂ ਰਹਿੰਦੀ ਹੈ। ਪੰਜਾਬ ਨੇ ਮਹਿਸੂਸ ਨਹੀਂ ਕੀਤਾ, ਉਹ ਟੁੰਬਦੇ ਰਹੇ, ਚੂੰਡੀਆਂ ਵੜਦੇ ਰਹੇ ਵੀ ਅੱਜ ਉਹਨਾਂ ਨੇ ਸਿੱਖ ਸੰਘਰਸ਼ ਕਹਿ ਕੇ ਕੁਚਲਤੇ, ਕਦੇ ਉਹਨਾਂ ਨੇ ਨਕਸਲ ਕਹਿ ਕੇ ਕੁਚਲਤੇ, ਕਦੇ ਉਹਨਾਂ ਨੇ ਨਸ਼ਈ ਬਣਾ ਦਿਆ, ਅਗਲਾ ਕਹਿੰਦਾ ਮੇਰਾ ਪੁੱਤ ਨਹੀਂ ਖਾ ਰਿਹਾ, ਗੁਆਂਢੀ ਖਾ ਰਿਹਾ। ਇਵੈਂਚੁਅਲੀ ਇੱਕ ਇੱਕ ਕਰਕੇ ਉਹਨਾਂ ਨੇ ਪੁੰਨ ਕੇ ਹੁਣ ਫਾਈਨਲ ਅਸਾਲਟ ਕੀਤਾ। ਜਦ ਉਹਨਾਂ ਨੇ ਆਰਥਿਕਤਾ ਮਾਰ ਲਈ ਨਾ, ਜ਼ਮੀਨਾਂ ਪਲੈਜ ਹੋ ਗਈਆਂ, ਹੁਣ ਉਹ ਕੋਸ਼ਿਸ਼ ਕਰ ਰਹੇ ਨੇ ਵੀ ਜ਼ਮੀਨ ਟੇਕ ਓਵਰ ਕਰ ਲਈ ਆਖਰੀ, ਇਹ 1000 ਜਾਂ 2000 ਕਿੱਲੇ ਅਡਾਨੀ ਅੰਬਾਨੀ ਦੇ ਹੋਣ। ਕਿਉਂਕਿ ਇੱਕ ਚੀਜ਼ ਸਮਝ ਲੈਣੀ ਚਾਹੀਦੀ ਵੀ 7 ਅਰਬ ਦੁਨੀਆ ਦੇ ਵਿੱਚ ਰੋਟੀ ਖਲਾਉਣ ਲਈ ਜ਼ਰਖੇਜ਼ ਜ਼ਮੀਨ ਖਤਮ ਹੋ ਰਹੀ, ਇੱਕੋ ਹੀ ਇੱਕ ਸਭ ਤੋਂ ਵੱਡਾ ਲਾਹੇਵੰਦ ਧੰਦਾ ਉਹ ਖੇਤੀ, ਸੋ ਉਹਦੇ 'ਤੇ ਉਹ ਟੇਕ ਓਵਰ ਕਰਨ ਲਈ ਉਹਨਾਂ ਨੇ ਹੁਣ ਇਹ ਐਕਸ਼ਨ। ਮਤਲਬ ਮੇਰੇ ਕਹਿਣ ਦਾ ਲਾਹੇਵੰਦ ਧੰਦਾ ਇਹ ਕਹਿਣਾ ਵੀ ਲੋਕਾਂ ਨੂੰ ਢਿੱਡ ਭਰਨ ਲਈ ਅਨਾਜ ਚਾਹੀਦਾ, ਦੁਨੀਆ ਦੇ ਵਿੱਚ ਜ਼ਰਖੇਜ਼ ਜ਼ਮੀਨ ਖਤਮ ਹੋ ਗਈ। ਹੁਣ ਉਹ ਪੰਜਾਬ ਦੀ ਜ਼ਮੀਨ ਆ ਜਿਹੜੀ ਉਹ ਦੁਨੀਆ ਦੀ ਸਭ ਤੋਂ ਟੌਪ ਜ਼ਮੀਨ, ਤੁਰੇ ਜਾਂਦੇ ਉੱਥੇ ਮੁੱਠੀ ਕਣਕ ਦੀ ਸਿੱਟ ਲਓ, ਤੁਸੀਂ 2 ਹਫ਼ਤੇ ਬਾਅਦ ਆਓਗੇ ਤਾਂ ਉੱਥੇ ਕਣਕ ਹੋਈ। ਸੋ ਉਸ ਨੂੰ ਸਾਂਭਣ ਦੇ ਲਈ, ਉਸ ਨੂੰ ਟੇਕ ਓਵਰ ਕਰਨ ਲਈ, ਉਹਦੇ ਬਾਅਦ ਕਿਉਂਕਿ ਤੁਸੀਂ ਇਸ ਨੂੰ ਦੇਖੋ ਨਾ, ਜ਼ਮੀਨ ਦਾ ਮਾਲਕ ਤੁਸੀਂ ਘਰ ਦੇ ਮਾਲਕ ਹੋ, ਘਰ ਦੇ ਮਾਲਕ ਨੇ ਤੁਹਾਡੇ ਘਰ ਨੂੰ ਟੇਕ ਓਵਰ ਕਰਕੇ ਤੁਹਾਨੂੰ ਕਿਹਾ ਘਰੋਂ ਬਾਹਰ ਨਿਕਲੋ, ਜ਼ਮੀਨ ਤੁਹਾਡੀ ਲੈ ਲੈਣ, ਉਹਦੇ ਬਾਅਦ ਤੁਸੀਂ ਆਪਣੀ ਜ਼ਮੀਨ ਆਪਣੇ ਘਰ 'ਚ ਕਿਰਾਏ 'ਤੇ ਰੱਖੋ। ਤੁਹਾਡੀ ਇਨਸਾਨੀਅਤ, ਤੁਹਾਡਾ ਉਹ ਕੌਮੀ ਸੰਘਰਸ਼ ਅਤੇ ਕੌਮ ਦੀ ਜਿਹੜੀ ਤੁਹਾਡੇ ਦਿਮਾਗ ਦੇ ਵਿੱਚ ਰਾਈਵਲੀ ਸੀ ਉਹ ਖਤਮ ਹੋ ਗਈ। ਉਹਦੇ ਬਾਅਦ ਬਸ ਉਹੀ ਉਹ ਚਾਹੁੰਦੇ ਨੇ, ਉਹ ਕਹਿੰਦੇ ਵੀ ਭਾਰਤ ਤੁਸੀਂ ਰਹੋ, ਪਰ ਰਹੋ ਜਿਵੇਂ ਅਸੀਂ ਚਾਹੁੰਦੇ।